सिंगर ने सुल्तान जी आई थिंक इन्होंने फर्स्ट टाइम गाना सुन रहे हैं असी पहले नहीं सुनिया पता नहीं हूँ गाना किदां दा वीडियो किदां दी है सो इस वीडियो रिक्वेस्ट साडे एक व्यूअर ने कीती सी उन्हां दा बहुत ज्यादा शुक्रिया सो अज सुनिया सॉन्ग और करदे रिएक्शन बिल्कुल जी इन्हां दा असी फर्स्ट टाइम सॉन्ग सुन रहे हां और उन्हां दे सॉन्ग दा जो नेम है वो भी बहुत ज्यादा अट्रैक्टिव है सो करदे वीडियो स्टार्ट करदे पहले साडी रिक्वेस्ट है कि चैनल नूं सब्सक्राइब कर लो नाल ही बेल आइकन क्लिक कर लो ताकि साडी आने वाली हर वीडियो दा नोटिफिकेशन आपनूं मिलदा रहे सो लेट्स स्टार्ट नाउ वीडियो स्टार्ट यू ऑलरेडी नो बेबी चल भी जसी ओए ओ डाल पा पा पास पा पा पास पा पा पास कम हुआ बाईपास पा पा पास कम हुआ बाईपास गड्डी विच बैठे नाल यार बेली खास छेती किते हुण मोड़े आउण दी नी आस किते हिटर ने फेल यार हर जगह पास पा पा पास पा पा पास पा पा पास कम हुआ बाईपास गम मुकदे ने एदा ही मक्का लैण दे स्वर्गा दे झूटे मैनू ला लैण दे ਸ਼ਿਮਲੇ ਦੇ ਰਾਹ ਵੱਲ ਪਾ ਲੈਣ ਦੇ ਟੱਠੇ ਖੂਹ ਦੇ ਵਿੱਚ ਮੈਨੂੰ ਜਾ ਲੈਣ ਦੇ ਸੰਗ ਨਹੀਂ ਕੋਈ ਤੇਰਾ ਕੋਈ ਪਰਦਾ ਇੱਕੋ ਜ਼ਿੰਦਗੀ ਮੈਂ ਕਰੂੰ ਜੋ ਵੀ ਦਿਲ ਕਰਦਾ ਹੱਥਾਂ 'ਚ ਬੱਲਾਂ 'ਚ ਮਗਾਏ ਹੁੰਦੇ ਨੇ ਜਿੱਥੇ ਆਏ ਹੁੰਦੇ ਨੇ ਯਾਰ ਛਾਏ ਹੁੰਦੇ ਨੇ ਛੋਟੀ ਸੋਚ ਵਾਲੇ ਲੋਕ ਖਾਰ ਖਾਂਦੇ ਬੇਵਜ੍ਹਾ ਮਿੱਤਰਾਂ ਦਾ ਕੰਮ ਬਸ ਮੌਜਾਂ ਲੈਣ ਦਾ ਤਗੜਾ ਸ਼ਰਾਬੀ ਖਾਲੀ ਕੀਤੇ ਮੈਂ ਖਾਨੇ ਤੇ ਤੂੰ ਅੱਖਾਂ ਨਾਲ ਲਾਉਂਦੀ ਫਿਰੇ ਦਿਲ ਤੇ ਨਿਸ਼ਾਨੇ ਪਾਪਾ ਪਾਸ ਕੰਮ ਹੋਇਆ ਬਾਈਪਾਸ ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖਾਸ ਛੇਤੀ ਕਿਤੇ ਹੁਣ ਮੋੜੇ ਆਉਣ ਦੀ ਨੀ ਆਸ ਕਿਤੇ ਹਿੱਟਰ ਨੇ ਫੇਲ ਯਾਰ ਹਰ ਜਗ੍ਹਾ ਪਾਸ ਪਾਪਾ ਪਾਸ ਪਾਪਾ ਪਾਸ ਪਾਪਾ ਪਾਸ ਕੰਮ ਹੋਇਆ ਬਾਈਪਾਸ ਠੀਵ ਤੇ ਉਹ ਭੰਗ ਬਿਨਾ ਨਾ ਜਾਣਾ ਕੋਈ ਰਾਸ ਜਾਣਾ ਲਾਰਿਆਂ ਚ ਰੱਖੂ ਮੈਂ ਤੇ ਰੱਖੀ ਨਾ ਕੋਈ ਆਸ ਲੈਂਦਾ ਫਿਰਦਾ ਨਜ਼ਾਰੀ ਯਾਰ ਗੱਡੀ ਵਿੱਚ ਖਾਸ ਮੈਨੂੰ ਛੱਡ ਦੀ ਬੀਬੇ ਕਰਦੇ ਪਿਆਰ ਜਿਨਾ ਸੰਗ ਪਤਲੋ
ਪਸੰਦ ਲਾਗੋ ਨੰਗ ਪਤਲੋ ਚੜ ਲਹਿਰ ਚ ਫਿਰੇ ਨਾ ਕਰੋ ਤੰਗ ਪਤਲੋ ਸੰਨ ਰੂਪ ਤਾਣੀ ਬਾਲ ਕੁੜੇ ਖੁੱਲੇ ਛੱਡ ਦੇ ਕਿਤੇ ਸਾਡੇ ਨਾਲ ਵੀ ਸ਼ਿਮਲੇ ਦਾ ਟੂਰ ਕੱਢ ਦੇ ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖਾਸ ਛੇਤੀ ਕਿਤੇ ਹੁਣ ਮੁੜੇ ਆਉਣ ਦੀ ਨੀ ਆਸ ਕਿਤੇ ਵੀ ਤਰਨ ਫੇਲ ਯਾਰ ਹਰ ਜਗ੍ਹਾ ਪਾਸ ਬਹੁਤ ਹੀ ਕਮਾਲ ਯਾਰ, ਬੜਾ ਅੱਛਾ ਲੱਗਿਆ। ਫਸਟ ਟਾਈਮ ਅਸੀਂ ਸੁਣਿਆ ਇਹਨਾਂ ਦਾ ਸੌਂਗ ਔਰ ਫਸਟ ਟਾਈਮ ਹੀ ਸਾਨੂੰ ਬਹੁਤ ਅੱਛਾ ਲੱਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਲਤਾਨ ਤੇ ਪਾਸ ਦੀ ਮਿਊਜ਼ਿਕ ਵੀਡੀਓ ਆ ਚੁੱਕੀ ਹੈ ਜੀ ਸਕਲ ਬੀਟ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ। ਸੋ ਸਾਰੇ ਜਿਹੜੇ ਸਵਾਇਪ ਅਪ ਕਰੋ ਤੇ ਚੈੱਕ ਕਰੋ ਨਵੀਂ ਵੀਡੀਓ ਤੇ। ਸੋ ਬਹੁਤ ਜ਼ਿਆਦਾ ਅੱਛਾ ਸੌਂਗ ਸੀ ਔਰ ਸੌਂਗ ਦੇ ਵਿੱਚ ਜੋ ਹੈ ਆਈ ਥਿੰਕ 4 to 5 ਜੋ ਸਿੰਗਰ ਸਨ, ਹਰ ਇੱਕ ਦਾ ਆਪਣਾ ਆਪਣਾ ਪੈਰਾ ਸੀ, ਹਰ ਇੱਕ ਦਾ ਆਪਣਾ ਆਪਣਾ ਰੈਪ ਕਰਨ ਦਾ ਸਟਾਈਲ ਸੀ ਔਰ ਬਹੁਤ ਜ਼ਿਆਦਾ ਅੱਛਾ ਲੱਗਾ। ਬਹੁਤ ਹੀ ਮਜ਼ਾ ਆਇਆ ਸੌਂਗ ਸੁਣਨ ਦਾ ਔਰ ਉਸਦੇ ਨਾਲ ਨਾਲ ਜੋ ਹੈ ਵੀਡੀਓ ਬਹੁਤ ਅੱਛੀ ਸੀ, ਸਭ ਦੀਆਂ ਜੋ ਜੋ ਲਾਈਨਾਂ ਸੀ ਬਹੁਤ ਜ਼ਿਆਦਾ ਅੱਛੀਆਂ ਸਨ। ਗਾਣਾ ਜੋ ਹੈ ਬਹੁਤ ਜ਼ਿਆਦਾ ਪਿਆਰਾ ਸੀ, ਸਭ ਸਿੰਗਰਾਂ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਗਾਣਾ ਗਾਇਆ। ਐਂਡ ਇੱਕ ਜੋ ਚੀਜ਼ ਮੈਨੂੰ ਬਹੁਤ ਜ਼ਿਆਦਾ ਅੱਛੀ ਲੱਗੀ ਕਿ ਲਾਈਕ ਫਸਟ ਆਫ ਆਲ ਮੈਨੂੰ ਥੋੜ੍ਹਾ ਜਿਹਾ ਗਾਣਾ ਦਾ ਜੋ ਸਟਾਰਟਿੰਗ ਦਾ ਸਟਾਈਲ ਸੀ ਉਹ ਬੂਹੇ ਮੀਆਂ ਤਰ੍ਹਾਂ ਲੱਗਿਆ। ਮੈਨੂੰ ਇੰਝ ਲੱਗਿਆ ਕਿ ਜਿਸ ਤਰ੍ਹਾਂ ਬੂਹੇ ਮੀਆਂ ਨਾ ਪਿੱਛੇ ਗਾ ਰਹੇ ਨੇ ਔਰ ਅੱਗੇ ਕੋਈ ਹੋਰ ਐਕਟਿੰਗ ਕਰ ਰਿਹਾ। ਐਂਡ ਜੋ ਬਾਕੀ ਸਿੰਗਰ ਸੀ ਉਹਨਾਂ ਦੀ ਵੀ ਆਵਾਜ਼ ਜੋ ਸੀ ਬਹੁਤ ਜ਼ਿਆਦਾ ਸਿਮਿਲਰ ਸੀ, ਮਤਲਬ ਇੰਝ ਨਹੀਂ ਸੀ ਲੱਗ ਰਿਹਾ ਕਿ ਗਾਣਾ ਯਾਰ ਇੱਕ ਫਲੋ ਤੋਂ ਦੂਸਰੇ ਫਲੋ 'ਤੇ ਚਲਾ ਗਿਆ। ਮਤਲਬ ਕਿ ਤਮਾਮ ਸਿੰਗਰ ਜਿੰਨੇ ਵੀ ਵਿੱਚ ਸੀ ਉਹਨਾਂ ਦੀ ਬਹੁਤ ਅੱਛੀ ਵੋਇਸ ਮੈਚ ਹੋ ਰਹੀ ਸੀ ਜਿਹਦੀ ਵਜ੍ਹਾ ਤੋਂ ਆਈ ਥਿੰਕ ਕਿ ਗਾਣਾ ਹੋਰ ਵੀ ਜ਼ਿਆਦਾ ਅੱਛਾ ਲੱਗਾ। ਐਂਡ ਸੈਕਿੰਡ ਮੈਨੂੰ ਜੋ ਗਾਣੇ ਦਾ ਲਿਰਿਕਸ ਬਹੁਤ ਜ਼ਿਆਦਾ ਅੱਛਾ ਲੱਗਾ ਕਿ ਯਾਰ ਬੇਲੀ ਮੇਰਾ ਸੁਣਾਵੇ ਦੁੱਖੜੇ ਅਤੇ ਮੇਰਾ ਰੁਕਦਾ ਨਹੀਂ ਹਾਸਾ, ਉਹ ਵਾਲਾ ਮੈਨੂੰ ਉਹ ਵਾਲੀ ਲਾਈਨ ਮੈਨੂੰ ਬਹੁਤ ਜ਼ਿਆਦਾ ਅੱਛੀ ਲੱਗੀ ਕਿਉਂਕਿ ਮੈਂ ਪਰਸਨਲ ਵੀ ਇਹਦੇ ਨਾਲ ਰਿਲੇਟ ਕਰਨੀ ਆ, ਵਾਕਈ ਇੰਝ ਹੀ ਹੁੰਦਾ। ਸੋ ਓਵਰਆਲ ਗਾਣਾ ਬਹੁਤ ਜ਼ਿਆਦਾ ਪਿਆਰਾ ਸੀ, ਸਭੀ ਸਿੰਗਰਾਂ ਨੇ ਬਹੁਤ ਜ਼ਿਆਦਾ ਖੂਬਸੂਰਤ ਤਰੀਕੇ ਨਾਲ ਗਾਇਆ। ਬਿਲਕੁਲ ਜੀ, ਸੌਂਗ ਵਾਕਈ ਬਹੁਤ ਜ਼ਿਆਦਾ ਕਮਾਲ ਦਾ ਸੀ, ਥੋੜ੍ਹਾ ਹਟ ਕੇ ਸੌਂਗ ਸੀ, ਥੋੜ੍ਹਾ ਕਮਾਲ ਸੌਂਗ ਸੀ ਔਰ ਦੱਸਿਆ ਗਿਆ ਕਿ ਨਸ਼ਾ ਕਿਹੜਾ ਕਿਹੜਾ ਹੁੰਦਾ ਔਰ ਕਿਹਨੂੰ ਕਿਹੜਾ ਨਸ਼ਾ ਜ਼ਿਆਦਾ ਪਸੰਦ ਹੈ ਔਰ ਕੀ ਮਤਲਬ ਨਸ਼ਾ ਕਰਕੇ ਕੀ ਫੀਲ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਇਸ ਸੌਂਗ ਦੇ ਵਿੱਚ ਉਹਨਾਂ ਨੇ ਬਿਆਨ ਕੀਤੀਆਂ ਨੇ ਔਰ ਆਈ ਥਿੰਕ ਕਿ ਤੁਹਾਨੂੰ ਵੀ ਪਤਾ ਚੱਲ ਗਿਆ ਹੋਏਗਾ ਜਿਹਨਾਂ ਨੂੰ ਨਹੀਂ ਪਤਾ। ਔਰ ਅਗਰ ਸਾਡਾ ਰਿਐਕਸ਼ਨ ਵਧੀਆ ਲੱਗਿਆ, ਸੌਂਗ ਵਧੀਆ ਲੱਗਿਆ ਤਾਂ ਪਲੀਜ਼ ਗਾਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਅੱਲਾ ਹਾਫਿਜ਼।